ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ 'ਤੇ। ਅੱਜ ਆਪਾਂ ਬਹੁਤ ਹੀ ਸਿੰਪਲ ਜਿਹਾ ਬਾਰਡਰ ਡਿਜ਼ਾਇਨ ਲੈ ਕੇ ਆਏ ਹਾਂ। ਕਿਵੇਂ ਬਣੂਗਾ ਇਹ ਤੁਹਾਨੂੰ ਆਪਾਂ ਦੱਸਦੇ ਹਾਂ। ਤਿੰਨ ਤਿੰਨ ਧਾਗਿਆਂ ਦੇ ਹਿਸਾਬ ਨਾਲ ਧਾਗੇ ਰੱਖ ਕੇ ਇੱਕ ਇੱਕ ਧਾਗਾ ਐਕਸਟਰਾ ਰੱਖਣਾ। ਪਹਿਲਾਂ ਧਾਗਾ ਆਪਾਂ ਬਿਨਾਂ ਬੁਣੇ ਉਤਾਰਾਂਗੇ, ਤਿੰਨ ਕੁੰਡੇ ਆਪਾਂ ਉਲਟੇ ਬਣਾਉਣੇ, ਤਿੰਨ ਕੁੰਡੇ ਉਲਟੇ ਬੁਣ ਕੇ ਇੱਕ ਬਿਨਾਂ ਬੁਣੇ ਉਤਾਰਾਂਗੇ। ਇਸ ਤਰ੍ਹਾਂ ਇਹ ਆਪਣੇ ਇੱਥੇ ਤੱਕ ਚਾਰ ਕੁੰਡੇ ਹੋ ਗਏ। ਫਿਰ ਆਪਣੀ ਸਾਈਡ ਤਿੰਨ ਕੁੰਡੇ ਉਲਟੇ, ਧਾਗਾ ਬੈਕ ਸਾਈਡ ਇੱਕ ਬਿਨਾਂ ਬੁਣੇ ਉਤਾਰਾਂਗੇ। ਫਿਰ ਆਪਣੀ ਸਾਈਡ ਤਿੰਨ ਕੁੰਡੇ ਉਲਟੇ, ਧਾਗਾ ਬੈਕ ਸਾਈਡ ਇਹਨੂੰ ਇਸੇ ਤਰ੍ਹਾਂ ਬਿਨਾਂ ਬੁਣੇ ਉਤਾਰਾਂਗੇ। ਸਿੰਪਲ ਜਿਹਾ ਬਾਰਡਰ ਡਿਜ਼ਾਇਨ ਆ। ਜੇਕਰ ਇਹ ਬੱਚਿਆਂ ਦੇ ਪ੍ਰੋਜੈਕਟ 'ਚ ਪਾਉਣਾ ਚਾਹੁੰਦੇ ਹੋ ਕਿਸੇ ਸਵੈਟਰ ਕੋਟੀ 'ਚ, ਤਾਂ ਆਪਾਂ ਉੱਥੇ ਵੀ ਪਾ ਸਕਦੇ ਹਾਂ। ਬੈਕ ਸਾਈਡ ਇਹਨੂੰ ਇਸ ਤਰ੍ਹਾਂ ਸਾਰੀ ਉਲਟਾ ਉਲਟਾ ਕਰਕੇ ਬੁਣਾਂਗੇ। ਬੈਕ ਸਾਈਡ ਦੀ ਹਰ ਸਿਲਾਈ ਇਸ ਤਰ੍ਹਾਂ ਜਾਊਗੀ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਉਲਟਾ ਉਲਟਾ ਕਰਕੇ ਬੁਣਾਂਗੇ। ਹੁਣ ਫਿਰ ਆਪਾਂ ਸਿੱਧੀ ਸਾਈਡ ਆ ਗਏ। ਸਿੱਧੀ ਸਾਈਡ ਉਸੇ ਤਰ੍ਹਾਂ ਪਹਿਲਾਂ ਧਾਗਾ ਬਿਨਾਂ ਬੁਣੇ ਉਤਾਰਾਂਗੇ, ਤਿੰਨ ਉਲਟੇ ਬੁਣਾਂਗੇ, ਧਾਗਾ ਬੈਕ ਸਾਈਡ ਇਹਨੂੰ ਇਸ ਤਰ੍ਹਾਂ ਬਿਨਾਂ ਬੁਣੇ ਉਤਾਰ ਦਾਂਗੇ। ਫਿਰ ਤਿੰਨ ਉਲਟੇ, ਫਿਰ ਇਸ ਤਰ੍ਹਾਂ ਬਿਨਾਂ ਬੁਣੇ ਉਤਾਰਾਂਗੇ। ਬਹੁਤ ਸੋਹਣਾ ਬਣ ਕੇ ਆਉਂਦਾ ਅਤੇ ਬਿਲਕੁਲ ਸਿੰਪਲ ਜਿਹਾ ਡਿਜ਼ਾਇਨ ਆ, ਬਣਾ ਕੇ ਜ਼ਰੂਰ ਵੇਖਿਓ। ਇਸ ਤਰ੍ਹਾਂ ਇਹੀ ਦੋ ਸਿਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਵਾਂਗੇ। ਇਸ ਤਰ੍ਹਾਂ ਹੀ ਬਣ ਕੇ ਆਉਂਦਾ। ਦੇਖੋ ਕਿੰਨਾ ਪਿਆਰਾ ਲੱਗਦਾ, ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ। ਸਾਡੀ ਵੀਡੀਓ ਵੇਖਣ ਲਈ, ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ।